ਆਪਾਂ ਪਟਿਆਲੇ ਦੇ ਵਿੱਚ 5 ਰੁਪਏ ਦਾ ਖਾਣਾ ਖਾਣ ਵਾਸਤੇ ਆਏ ਹਾਂ ਇੱਥੇ ਜੀ। ਸੋ ਪਹਿਲਾਂ ਆਪਾਂ ਖਾਣਾ ਲੈਂਦੇ ਹਾਂ, ਉਸ ਤੋਂ ਬਾਅਦ ਆਪਾਂ ਇਹਨਾਂ ਨਾਲ ਡਿਸਕਸ ਕਰਦੇ ਹਾਂ ਕਿ ਇਹਨਾਂ ਨੇ ਕਿਵੇਂ ਸ਼ੁਰੂ ਕੀਤਾ, ਕਿਸ ਤਰ੍ਹਾਂ ਕੀਤਾ। ਸੋ ਆ ਜਾਓ ਟੇਸਟ। ਪਹਿਲੀ ਬਾਈਟ ਖਾ ਕੇ ਦੇਖਦੇ ਕਿਵੇਂ ਲੱਗਦਾ ਆਪਾਂ ਨੂੰ। ਨਾਲ ਨਾਲ ਸਵੀਟ ਡਿਸ਼ ਵੀ ਹੈਗੀ ਉਰੇ, ਬਹੁਤ ਵਧੀਆ। ਨੰਬਰ ਦੇ ਹੁਣ 0 ਲੈ ਕੇ 10 ਦੇ ਵਿੱਚ ਮੈਂ ਉਹਨੂੰ 10 ਤੋਂ 10 ਨੰਬਰ ਦਊਂਗਾ, ਕਿਉਂਕਿ ਇਹੋ ਜਿਹਾ ਕਨਸੈਪਟ ਮੈਂ ਇੰਸਟਾਗ੍ਰਾਮ ਯੂਟਿਊਬ 'ਤੇ ਵੀਡੀਓ ਦੇਖੀ ਸੀ, ਦਿੱਲੀ ਦੇ ਵਿੱਚ ਸੀ ਅਤੇ ਪਟਿਆਲੇ ਵਿੱਚ ਸ਼ੁਰੂ ਹੋ ਗਿਆ, ਬਹੁਤ ਵਧੀਆ। ਹੁਣ ਆਪਾਂ ਖਾਂਦੇ ਹਾਂ। ਮਹੇਸ਼ ਇੰਦਰ ਬਾਂਸਲ ਦੁਆਰਾ ਚਲਾਈ ਗਈ ਆਪਣੀ ਆਪਣੀ ਰਸੋਈ ਵਿੱਚ ਤੁਹਾਡਾ ਅਤੇ ਸਾਡਾ ਨਾਮ ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਰ, ਪਹਿਲਾਂ ਤੁਹਾਨੂੰ ਦੱਸੋ ਜੀ, ਇਹ 5 ਰੁਪਏ ਦਾ ਕਨਸੈਪਟ ਕੀ ਹੈ? ਇਸ ਤਰ੍ਹਾਂ ਹੈ ਜੀ, ਮੈਂ ਲੰਗਰ ਚਲਾਉਣਾ ਚਾਹੁੰਦਾ ਸੀਗਾ ਗਰੀਬ ਬੰਦਿਆਂ ਲਈ, ਉਹ ਖਾਣਾ ਖਾ ਸਕਣ, ਪਰ ਮੈਂ ਦੇਖਿਆ ਵੀ ਇੱਕ ਬੰਦੇ ਨੂੰ ਰੋਜ਼ ਲੰਗਰ ਖਾਣਾ ਬੜਾ ਮੁਸ਼ਕਲ ਹੈ ਫ੍ਰੀ ਦੇ ਵਿੱਚ। ਉਹ ਅਗਰ ਥੋੜ੍ਹੇ ਜਿਹੇ ਪੈਸੇ ਦੇ ਕੇ ਖਾਵੇ ਤਾਂ ਬੜੇ ਹੱਕ ਨਾਲ ਖਾਂਦਾ, ਅਤੇ ਉਹ ਹੱਕ ਨਾਲ ਖਾ ਕੇ ਉਸ ਕਮੀਆਂ ਵਿਸ਼ੇ ਵੀ ਦੱਸਦਾ ਹੈ, ਔਰ ਬੜੇ ਰੋਜ਼ ਵੀ ਖਾ ਸਕਦਾ। ਜੇ ਉਹਨੂੰ ਰੋਜ਼ ਫ੍ਰੀ ਖਾਣਾ ਪਏ ਤਾਂ ਨਹੀਂ ਖਾ ਸਕਦਾ, ਤਾਂ ਮੈਂ ਸੋਚਦਾ ਵੀ ਉਹ ਪ੍ਰਾਊਡ ਨਾਲ ਖਾਵੇ, ਇਸ ਕਰਕੇ ਮੈਂ ਇਹਦੀ ਕੀਮਤ 5 ਰੁਪਏ ਰੱਖੀ ਹੈ। ਜਦਕਿ ਫੂਡ ਦੀ ਅਸਲੀ ਕੀਮਤ ਬਹੁਤ ਜ਼ਿਆਦਾ ਹੈ, ਕਿਉਂਕਿ ਦੇਸੀ ਚੀਜ਼ ਬਣਾਇਆ ਜਾਂਦਾ ਹੈ। ਮੈਂ ਬਾਹਰ ਪੜ੍ਹਿਆ ਸੀ ਕਿ ਤੁਸੀਂ ਦੇਸੀ ਘਿਓ ਦੇ ਵਿੱਚ ਸਾਰਾ ਤਿਆਰ ਕਰਦੇ ਹੈਗੇ ਹੋ, ਨਾਲ ਨਾਲ ਕਹਿੰਦੇ ਕਿ ਆਈਸਕ੍ਰੀਮ ਵੀ ਤੁਸੀਂ ਦਿੰਦੇ ਹੋ। ਹਾਂਜੀ, ਆਈਸਕ੍ਰੀਮ ਦਾ ਕੀ ਕਨਸੈਪਟ ਤੁਹਾਨੂੰ ਪੜਾ, ਉਹਦੇ ਬਾਰੇ ਦੱਸੋ। ਇਸ ਤਰ੍ਹਾਂ ਹੈ ਜੀ, ਮੈਂ ਪਹਿਲਾਂ ਤਾਂ ਇਹ ਲੰਗਰ ਹੀ ਚਲਾ ਰਿਹਾ ਸੀਗਾ, ਫਿਰ ਮੇਰੇ ਕੋਲ ਇਹ ਆਪਣੀ ਜੇਬ 'ਚੋਂ ਕਰ ਰਿਹਾ ਇਹ ਸਾਰਾ ਜਿਹੜਾ ਵੀ ਜੁਗਾੜ ਹੈ। ਫਿਰ ਮੈਂ ਸੋਚਿਆ ਵੀ ਲੋਕ ਨਾ ਮੇਰੇ ਕੋਲ ਡੋਨਰ ਆ ਰਹੇ ਹੈਗੇ ਆ, ਵੀ ਇੱਕ ਅਲੱਗ ਸਟਾਲ ਉਹਨਾਂ ਦੀ ਤਰਫ ਤੋਂ ਲਾ ਦਿੰਦੇ ਹਾਂ। ਮੈਂ ਉਹਨਾਂ ਨੂੰ ਕਨਵੈਂਸ ਕੀਤਾ ਵੀ ਤੁਸੀਂ ਹੋਟਲ ਦੇ ਵਿੱਚ ਆਪਣਾ ਫੰਕਸ਼ਨ ਮਨਾਉਣ ਜਾਂਦੇ, ਕੋਈ ਬਰਥਡੇ ਹੈ, ਮੈਰਿਜ ਐਨੀਵਰਸਰੀ ਹੈ, ਬੱਚੇ ਦੇ ਬਰਥਡੇ ਹੈ, ਜਾਂ ਕੋਈ ਸਕਸੈਸ ਹੋਈ ਹੈ, ਜਾਂ ਕੋਈ ਬਜ਼ੁਰਗਾਂ ਦੀ ਯਾਦ ਹੈ, ਤੁਸੀਂ ਇੱਥੇ ਸਾਡੇ ਕੋਲ ਆ ਕੇ ਸਾਨੂੰ 3100 ਜਾਂ 4100 ਦਿਓ, ਅਸੀਂ ਤੁਹਾਡੇ ਵਾਸਤੇ ਸਿਰਫ ਕੁਛ ਨਹੀਂ ਕਰਨਾ, ਤੁਹਾਨੂੰ ਆਉਣਾ ਸਿੰਪਲ, ਮੈਂ ਤੁਹਾਨੂੰ ਹਲਵਾ ਵੀ ਤਿਆਰ ਕਰਕੇ ਦਊਂਗਾ, ਆਈਸਕ੍ਰੀਮ ਵੀ ਤਿਆਰ ਕਰਕੇ ਦਊਂਗਾ, ਜਿਹੜੀ 900,000 ਬੰਦੇ ਨੂੰ ਤੁਸੀਂ ਖੁਦ ਆਪਣੇ ਹੱਥ ਨਾਲ ਬਣਵਾਉਂਦੇ, ਤਾਂ ਤਕਰੀਬਨ ਇਸਦੀ ਵੀ ਬੁਕਿੰਗ ਮੇਰੇ ਕੋਲ ਐਡਵਾਂਸ ਰਹਿੰਦੀ ਹੈ। ਤਾਂ ਬੈਨੀਫਿਟ ਜਿਹੜਾ ਹੈ ਖਾਣ ਵਾਲੇ ਨੂੰ ਹੋ ਗਿਆ, ਵੀ ਖਾਣੇ ਦੇ ਨਾਲ ਨਾਲ ਸਵੀਟ ਡਿਸ਼ ਵੀ ਫ੍ਰੀ ਹੋ ਗਈ। ਤੁਹਾਨੂੰ ਇਹ ਕਿੰਨਾ ਟਾਈਮ ਹੋ ਗਿਆ ਜੀ ਆਪਣੀ? ਕਰੀਬ ਮੈਨੂੰ 1.5 ਸਾਲ ਹੋ ਗਿਆ ਹੈ, ਮੈਂ ਪਿਛਲੇ ਸਾਲ 12 ਅਪ੍ਰੈਲ ਨੂੰ ਚਾਲੂ ਕੀਤੀ ਸੀ। ਅਤੇ ਇਹ ਇੱਕ ਦਿਨ ਦੇ ਵਿੱਚ ਕਿੰਨੇ ਜਾਣੇ ਉਰੇ ਖਾਣਾ ਖਾਣ ਆਉਂਦੇ ਨੀਅਰ ਅਬਾਊਟ? ਨੀਅਰ ਅਬਾਊਟ ਜੀ 900 ਤੋਂ ਲੈ ਕੇ 1000, ਕਈ ਵਾਰੀ 1000 ਤੋਂ 10-15-20 ਉੱਪਰ ਵੀ ਚਲੇ ਜਾਂਦੇ ਹਾਂ, 900 ਦੀ ਐਵਰੇਜ ਤਾਂ ਰਹਿੰਦੀ ਰਹਿੰਦੀ ਹੈ। ਮੈਂ ਦੇਖ ਰਿਹਾ ਸੀ ਇਹਨਾਂ ਚਾਵਲ ਦੇਸੀ ਘਿਓ ਦੇ ਵਿੱਚ ਖਾਣਾ ਬਣਾਉਂਦੇ ਨੇ, ਅਤੇ ਚਾਵਲ ਬਾਸਮਤੀ ਯੂਜ਼ ਕਰਦੇ ਨੇ, ਯਾਨੀ ਕਿ ਹਾਈ ਕੁਆਲਿਟੀ ਦੇ। ਆਪਾਂ ਹੁਣ ਅਸੀਂ ਜਿੰਮ ਜੁਆਇਨ ਕਰਦੇ ਹਾਂ, ਸਾਨੂੰ ਪ੍ਰੋਟੀਨ, ਕਾਰਬਸ, ਫਾਈਬਰ ਦੀ ਮਾਤਰਾ ਪ੍ਰੋਪਰ ਹੋਣੀ ਚਾਹੀਦੀ ਹੈ। ਜਦੋਂ ਮੈਂ ਕਟਿੰਗ ਕਰ ਰਿਹਾ ਸੀ ਮਿਸਟਰ ਪੰਜਾਬ ਦੇ ਸ਼ੋਅ ਵਾਸਤੇ, ਅਤੇ ਮੈਨੂੰ ਕਿਹਾ ਗਿਆ ਸੀ ਕਿ ਤੁਸੀਂ ਵੀ ਰੋਟੀ ਨਹੀਂ ਖਾਣੀ, ਤੁਸੀਂ ਚੌਲ ਖਾਣੇ ਨੇ ਨਾਲ ਦਾਲ ਖਾਣੀ ਹੈ। ਤੋ ਆਈ ਥਿੰਕ ਇਹ ਬੈਸਟ ਡਾਈਟ ਹੈਗੀ ਹੈ ਜੀ, ਤੁਸੀਂ ਖਾ ਸਕਦੇ ਹੋ। 5 ਰੁਪਏ ਦੀ ਅੱਜ ਕੱਲ੍ਹ ਡੈਰੀ ਮਿਲਕ ਵੀ ਛੋਟੀ ਜੀ ਆਉਂਦੀ ਹੈ, ਅਤੇ 5 ਰੁਪਏ 'ਚ ਇੰਨਾ ਸੋਹਣਾ ਉਪਰਾਲਾ ਕਰਨ ਵਾਸਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ। ਸਾਡੇ ਵਾਸਤੇ ਟਾਈਮ ਕੱਢਣ ਵਾਸਤੇ, ਸਾਡੇ ਚੈਨਲ ਵਾਸਤੇ ਟਾਈਮ ਕੱਢਣ ਵਾਸਤੇ ਬਹੁਤ ਬਹੁਤ ਧੰਨਵਾਦ ਹੈ ਜੀ। ਤੁਸੀਂ ਵੀ ਇੱਕ ਵਾਰ ਆਪਣੇ ਯਾਰਾਂ ਦੋਸਤਾਂ 'ਤੇ ਵੀਡੀਓ ਸ਼ੇਅਰ ਕਰੋ, ਉਹਨਾਂ ਨੂੰ ਦੱਸੋ ਕਿ ਪਟਿਆਲੇ ਸ਼ਹਿਰ ਵਿੱਚ ਵੀ ਆਪਣੀ ਕਿਚਨ ਹੈਗੀ ਹੈ, ਜਿੱਥੇ 5 ਰੁਪਏ ਦਾ ਪੌਸ਼ਟਿਕ ਖਾਣਾ ਮਿਲਦਾ ਹੈ। ਥੈਂਕ ਯੂ ਸੋ ਮਚ।